ਵਾਲੇ ਬਾਰੇ ਕਾਫੀ ਸ਼ਿਕਾਇਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਤੋਂ ਪੁੱਛੀਆਂ ਨੇ, ਉਹਦੇ ਸੰਬੰਧੀ ਜਿਹੜਾ ਹੈ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੀ ਰਾਏ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 5 ਵਿਦਵਾਨਾਂ ਦੀ ਜਿਹੜੀ ਇੱਕ ਕਮੇਟੀ ਬਣਾਈ ਜਾਏਗੀ। ਜੋ ਕੁਝ ਉਹਨਾਂ ਨੇ ਬੋਲਿਆ ਉਹਨੂੰ ਜਿਹੜਾ ਹੈ ਉਹ ਵਿਦਵਾਨ ਭੋਖਣਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਮਨਾਏ ਜਾਣ ਵਾਲੇ ਸਮਾਗਮਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ 'ਚ 5 ਸਿੰਘ ਸਾਹਿਬਾਨਾਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਕਈ ਅਹਿਮ ਤਰ੍ਹਾਂ ਦੇ ਫੈਸਲੇ ਲਏ ਗਏ। ਇਸ ਮੀਟਿੰਗ ਦੌਰਾਨ ਸਮੂਹ ਸਿੱਖ ਸੰਪਰਦਾਵਾਂ ਅਤੇ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਸਨ। ਇਸ ਮੀਟਿੰਗ 'ਚ ਪਾਸ ਕੀਤੇ ਮਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ, ਸਿੱਖ ਸੰਪਰਦਾਵਾਂ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦੀ ਗਈ ਸੀ, ਜਿਹਦੇ ਵਿੱਚ ਮੌਜੂਦਾ ਦਰਪੇਸ਼ ਜਿਹੜੇ ਮੁੱਦੇ ਸਨ ਉਹਨਾਂ ਬਾਰੇ ਸੁਝਾਅ ਮੰਗੇ ਗਏ ਸਨ, ਅਤੇ ਜੋ ਇੱਕਮਤ ਹੋ ਕੇ ਸਭ ਨੇ ਸੁਝਾਅ ਦਿੱਤੇ ਹੈ ਉਹਦੀ ਰੋਸ਼ਨੀ ਦੇ ਵਿੱਚ ਹੀ 5 ਸਿੰਘ ਸਾਹਿਬਾਨ ਵੱਲੋਂ ਜਿਹੜਾ ਹੈ ਉਹ ਫੈਸਲਾ ਕੀਤਾ ਗਿਆ, ਜਿਹਨੂੰ ਲਿਖਤੀ ਰੂਪ ਜਿਹੜਾ ਹੈ ਉਹ ਦੇ ਦਿੱਤਾ ਜਾਏਗਾ। ਇੱਕ ਤਾਂ ਇਹ ਕਿ ਜਿਹੜੇ ਇਲੈਕਟ੍ਰੋਨਿਕ ਚੰਦੋਏ ਹੈ ਉਹਦੀ ਜਿਹੜੀ ਹੈ ਬਿਲਕੁਲ ਪਾਬੰਦੀ ਹੋਏਗੀ, ਇਲੈਕਟ੍ਰੋਨਿਕ ਚੰਦੋਏ ਜਿਹੜੇ ਆ ਉਹ ਬਿਲਕੁਲ ਨਹੀਂ ਲਗਾਏ ਜਾਣਗੇ, ਜੇ ਕਿਤੇ ਲੱਗੇ ਹੈ ਅਤੇ ਉਹਨੂੰ ਪ੍ਰਬੰਧਕ ਜਿਹੜਾ ਉਹ ਆਪ ਹੀ ਉਤਾਰਨ ਦੀ ਜਿਹੜੀ ਆ ਉਹ ਖੇਚਲਾ ਕਰਨ। ਦੂਸਰਾ ਜਿਹੜਾ ਹੈਗਾ ਕਿ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਵਿਕਦੀਆਂ ਉਹਨਾਂ ਮੂਰਤੀਆਂ ਨੂੰ ਜਿਹੜਾ ਫੌਰੀ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਚੁਕਵਾਇਆ ਜਾਏ, ਮੂਰਤੀਆਂ ਵਿਕਣੋਂ ਜਿਹੜੀਆਂ ਉਹ ਰੋਕੀਆਂ ਜਾਣ। ਇਸ ਮੌਕੇ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵੱਲੋਂ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਮਾਫ਼ੀ ਨਾ ਦੇਣ ਲਈ ਮੰਗ ਪੱਤਰ ਵੀ ਸੌਂਪਿਆ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਵਿਵਾਦ ਦੀ ਜਾਂਚ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇੱਕ ਜੋ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਕਾਫੀ ਸ਼ਿਕਾਇਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਤੋਂ ਪੁੱਛੀਆਂ ਨੇ, ਉਹਦੇ ਸੰਬੰਧੀ ਜਿਹੜਾ ਹੈ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੀ ਰਾਏ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 5 ਵਿਦਵਾਨਾਂ ਦੀ ਜਿਹੜੀ ਇੱਕ ਕਮੇਟੀ ਬਣਾਈ ਜਾਏਗੀ। ਜੋ ਕੁਝ ਉਹਨਾਂ ਨੇ ਬੋਲਿਆ ਉਹਨੂੰ ਜਿਹੜਾ ਹੈ ਉਹ ਵਿਦਵਾਨ ਭੋਖਣਗੇ, ਅਤੇ ਜੇ ਲੱਗਿਆ ਕਿ ਗੁਰਮਤਿ ਦੀ ਕਸੌਟੀ ਦੇ ਉੱਤੇ ਉਹ ਖਰਾ ਨਹੀਂ ਉਤਰਦਾ ਅਤੇ ਉਹਦੇ ਨਾਲ ਮਿਲ ਕੇ ਜਿਹੜਾ ਗੱਲਬਾਤ ਕਰਨਗੇ ਅਤੇ ਉਹਦੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਵਿਚਾਰ ਜਿਹੜੇ ਆ ਜਾਣੇ ਜਾਣਗੇ, ਅਤੇ ਜਿਹੜੇ ਵੀ ਵਿਚਾਰ ਉਹਨਾਂ ਦੇ ਲਏ ਜਾਣਗੇ 5 ਵਿਦਵਾਨ ਜਾ ਕੇ ਉਹਨਾਂ ਦੇ ਵਿਚਾਰ ਜਿਹੜੇ ਆ ਉਹਨਾਂ ਮੁੱਦਿਆਂ ਦੇ ਉੱਤੇ ਲਏਗਾ ਜਿਹੜੇ ਲੱਗਣਗੇ ਗੁਰਮਤਿ ਵਿਰੋਧੀ, ਉਹ ਸਾਰੀ ਦੀ ਜਿਹੜੀ ਵੀਡੀਓਗ੍ਰਾਫੀ ਵੀ ਜਿਹੜੀ ਆ ਉਹ ਕੀਤੀ ਜਾਏਗੀ ਅਤੇ ਫਿਰ ਉਹਨਾਂ 5 ਵਿਦਵਾਨਾਂ ਵੱਲੋਂ ਰਿਪੋਰਟ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਜਾਏਗੀ ਅਤੇ ਉਸ ਰਿਪੋਰਟ ਦੇ ਮੁਤਾਬਕ ਹੀ ਫਿਰ ਅਗਲੇਰੀ ਜਿਹੜੀ ਆ ਉਹ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸੇ ਤਰ੍ਹਾਂ ਹੀ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਦੀ ਰਾਏ ਦੇ ਨਾਲ ਕੀਤੀ ਜਾਏਗੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕੀਤੇ ਜਾਣ ਵਾਲੇ ਸਮਾਗਮਾਂ ਅਤੇ ਸਰਗਰਮੀਆਂ ਦਾ ਵੇਰਵਾ ਵੀ ਦਿੱਤਾ। ਇੱਕ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਆ ਰਿਹਾ ਉਹਦੇ ਸੰਬੰਧੀ ਸਾਰੀਆਂ ਜਥੇਬੰਦੀਆਂ ਸਾਰੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀਆਂ ਰਾਵਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਗਈਆਂ ਅਤੇ ਸਭ ਨੇ ਇੱਕ ਮੱਤ ਹੋ ਕੇ ਰਾਏ ਜਿਹੜੀ ਦਿੱਤੀ ਹੈ ਉਹ ਇਹ ਦਿੱਤੀ ਹੈ ਕਿ ਸਟੇਜ ਜਿਹੜੀ ਹੈ ਉਹ ਗੁਰਦੁਆਰਾ ਬਾਬਾ ਬੇਰ ਸਾਹਿਬ ਦੀ ਹੋਏਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਮੁੱਚਾ ਉਹਦਾ ਪ੍ਰਬੰਧ ਕਰੇਗੀ, 1 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਸ ਸਟੇਜ ਦੇ ਉੱਤੇ ਹੀ ਸਾਰੇ ਗੁਰਮਤਿ ਸਮਾਗਮ ਜਿਹੜੇ ਆ ਉਹ ਕੀਤੇ ਜਾਣਗੇ। ਅੰਮ੍ਰਿਤ ਵੇਲੇ ਜਿਹੜਾ ਹੈ ਨਿਤਨੇਮ ਹੋਏਗਾ, ਫਿਰ ਆਸਾ ਦੀ ਵਾਰ ਦਾ ਕੀਰਤਨ ਹੋਏਗਾ, ਉਸ ਤੋਂ ਬਾਅਦ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਲੀਕੇ ਨੇ ਉਹ ਕੀਤੇ ਜਾਣਗੇ। 12 ਤਰੀਕ ਨੂੰ ਜਿਹੜਾ ਬਹੁਤ ਵੱਡਾ 11-12 ਨੂੰ ਬਹੁਤ ਵੱਡਾ ਗੁਰਮਤਿ ਸਮਾਗਮ ਹੋਏਗਾ, ਉਸੇ ਮੰਚ ਦੇ ਉੱਤੇ ਰਾਸ਼ਟਰਪਤੀ ਸਾਹਿਬ ਆਉਂਦੇ ਨੇ, ਪ੍ਰਧਾਨ ਮੰਤਰੀ ਆਉਂਦੇ ਨੇ, ਮੁੱਖ ਮੰਤਰੀ ਆਉਂਦੇ ਨੇ, ਕੋਈ ਵੀ ਜਿਹੜਾ ਆਉਂਦਾ ਉਹਦਾ ਜਿਹੜਾ ਮਾਣ ਸਤਿਕਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ। ਜਿੰਨੀਆਂ ਸੰਪਰਦਾਵਾਂ ਸਭਾ ਸੁਸਾਇਟੀਆਂ ਸੰਗਤਾਂ ਸਾਰਿਆਂ ਨੂੰ ਇਹੋ ਬੇਨਤੀ ਹੈ
ਕਿ ਉਸ ਦਿਨ ਗੁਰੂ ਪੰਥ ਦੀ ਜਿਹੜੀ ਹੈ ਸਟੇਜ ਜਿਹੜੀ ਹੈ, ਗੁਰੂ ਨਾਨਕ ਸਾਹਿਬ ਦੀ ਜਿਹੜੀ ਸਟੇਜ ਹੈ ਉਹਦੇ 'ਤੇ ਬੈਠ ਕੇ ਆਪਾਂ ਨੇ ਕਥਾ ਕੀਰਤਨ ਸੁਣਨਾ। ਬਾਕੀ ਜਿਹੜੀਆਂ ਹੋਰ ਸਟੇਜਾਂ ਜਿਹੜੀਆਂ ਲੱਗ ਰਹੀਆਂ ਨੇ, ਚਾਹੇ ਉਹ ਸਰਕਾਰ ਵੱਲੋਂ ਲੱਗ ਰਹੀਆਂ ਨੇ ਜਾਂ ਸੰਤ ਮਹਾਂਪੁਰਸ਼ ਆਪਣੇ ਆਪਣੇ ਲੈਵਲ 'ਤੇ ਲਾ ਰਹੇ ਨੇ, ਅਤੇ ਉਹਨਾਂ ਨੂੰ ਇੰਨੀ ਕੁ ਹਦਾਇਤ ਕੀਤੀ ਗਈ ਹੈ ਕਿ ਆਪਣੀਆਂ ਆਪਣੀਆਂ ਸਟੇਜਾਂ ਦੇ ਉੱਤੇ ਕੇਵਲ ਅਤੇ ਕੇਵਲ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉੱਤੇ ਹੀ ਚਰਚਾ ਹੋਵੇ। ਹੋਰ ਕੋਈ ਗੱਲਬਾਤ ਜਿਹੜੀ ਹੈ, ਸਿਆਸਤ ਵਗੈਰਾ ਦੀ ਜਿਹੜੀ ਆ ਉਹ ਬਿਲਕੁਲ ਨਾ ਕੀਤੀ ਜਾਵੇ। ਹਰ ਕੋਈ ਉਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੀ ਗੱਲ ਕਰੇ ਆਪਣੇ ਮੰਚ ਤੋਂ। ਸਭ ਨੂੰ ਜਿਹੜਾ ਹੈ ਇਹੋ ਹੀ ਸੱਦਾ ਹੈ ਕਿ ਸੁਲਤਾਨਪੁਰ ਲੋਧੀ ਦੇ ਵਿਹੜੇ ਦੇ ਵਿੱਚ ਸਮੂਹ ਗੁਰੂ ਖਾਲਸਾ ਪੰਥ ਦੀਆਂ ਜਥੇਬੰਦੀਆਂ ਪੰਥ ਬਣ ਕੇ ਜਿਹੜਾ ਉਸ ਦਿਨ ਆਉਣ, ਤਾਂ ਕਿ ਆਪਾਂ ਸ਼ਾਨੋ ਸ਼ੌਕਤ ਅਤੇ ਜਾਹੋ ਜਲਾਲ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਇਕੱਠੇ ਹੋ ਕੇ ਰਲ ਮਿਲ ਕੇ ਮਨਾ ਸਕੀਏ। ਬਸ ਇਹੋ ਹੀ ਸਾਰੇ ਪੰਥ ਨੂੰ ਸਾਰੀ ਸੰਗਤ। ਬਿਊਰੋ ਰਿਪੋਰਟ, ਵਿਜ਼ਨ ਪੰਜਾਬੀ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।